ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਅੱਜ ਆਏ ਹਾਂ ਆਫਰੋਡਿੰਗ ਕਰਨ, ਅਤੇ ਨਾਲੇ ਆ ਕਾਲੀ ਜੀਪ ਆਪਾਂ ਤਿਆਰ ਕੀਤੀ ਸੀਗੀ, ਇਹ ਟੈਸਟ ਕਰਨੀ ਸੀਗੀ ਕਿਵੇਂ ਪਰਫੋਰਮੈਂਸ ਇਹਦੀ ਕਿੱਦਾਂ ਆ, ਅਤੇ ਬਾਕੀ ਇੰਜਣ ਦੇ ਵਿੱਚ ਤਾਂ ਹਾਲੇ ਮੋਡੀਫਿਕੇਸ਼ਨਾਂ ਕਰਾਂਗੇ, ਪਹਿਲਾਂ ਅੱਜ ਇਹਨੂੰ ਟੈਸਟ ਕਰ। ਲਿਬੜ ਗਏ ਹਾਂ ਚੱਕਣ ਦੇ ਨਾਲ, ਚੱਕੜੋ ਚੱਕੜੀ ਹੋ ਗਿਆ ਕੰਮ ਦੇਖ ਸਕਦੇ ਹਾਂ। ਬਾਕੀ ਹਫ਼ਤਾ ਸਟਾਰਟਿੰਗ ਆ, ਹਾਲ ਤਾਂ ਕਿਤੇ ਨਹੀਂ ਹੋਣਾ। ਇਹ ਥਰ ਹੋ ਗਈ ਆ ਖਰਾਬ, ਜਲਦੀ ਜਲਦੀ ਬੰਦ ਹੋ ਗਈ, ਤੇ ਹੁਣ ਦੇਖਦੇ ਹਾਂ ਸਟਾਰਟ ਸੂਟ ਕਰਕੇ ਵੀ ਕੀ ਚੱਕਰ ਪਿਆ ਇਹਨੂੰ, ਜੰਪਰ ਜਿਹੜਾ ਲਾ ਕੇ ਜਾਂ ਧੱਕਾ ਧੁੱਕਾ ਲਾ ਕੇ ਦੇਖਦੇ ਹਾਂ ਵੀ ਸਟਾਰਟ ਹੁੰਦੀ ਜਾਂ ਨਹੀਂ ਹੁੰਦੀ। ਧੱਕਾ ਲਾ ਕੇ ਨੀ ਬਣੀ ਗੱਲ, ਤੇ ਹੁਣ ਲੱਗਿਆ ਜੰਪਰ ਕੇਵਲ ਲਾਉਣ, ਦੇਖਦੇ ਹਾਂ ਇਹਦੇ ਨਾਲ ਵੀ ਸਟਾਰਟ ਹੁੰਦੀ ਜਾਂ ਨਹੀਂ ਹੁੰਦੀ।
ਨਹੀਂ ਜੋੜਦਾ ਪਤਾ ਮੈਨੂੰ ਬੋਡੀ ਪਾ ਗਏ ਉਹ ਤਾਂ ਹੁੰਦੀ ਨਹੀਂ ਨਵੀਂ ਆ ਗੱਡੀ ਧੱਕਾ ਲਾ ਲਾ ਕੇ ਅੰਬ ਕੇ ਬੰਦੇ ਆਪਾਂ ਤਾਂ ਸਵਾਦ ਲੈ ਰਹੇ ਪੂਰਾ ਆਨੰਦ ਚਿਕੜੋ ਚਿਕੜੀ ਹੋ ਗਿਆ ਕੰਮ ਪਰ ਕੋਈ ਗੱਲ ਨਹੀਂ ਅਸੀਂ ਚੈੱਕ ਕਰ ਲਈਏ ਆਪਣੀ ਗੱਡੀ ਟੂ ਵੀਰੀ ਫੋਰ ਵੀਲ ਨੂੰ ਵੀ ਕੱਟੀ ਜਾਂਦੀ ਹੈ ਨਾ ਇੰਨਾ ਸਵਾਦ ਆ ਰਿਹਾ ਇਸ ਗੱਡੀ ਦਾ ਇਸ ਇੰਜਣ ਦਾ ਬਹੁਤ ਚਲਾਏ ਪਰ ਇਹਦਾ ਇੰਜਣ ਵਧੀਆ ਆ ਸਕਦਾ ਦੇਖੋ ਕੀ ਬਣਦਾ ਕਰੀ ਕਾਰਵਾਈ ਬਾਕੀ ਜਾਂ ਲੱਗੇ ਆਨੰਦ ਲੈਣਾ ਆਪਾਂ ਆਪਾਂ ਤੂੰ ਆਨੰਦ ਲੈ ਕੇ ਸ਼ਾਮੇ ਬਹਿ ਗਏ ਹਾਂ ਸ਼ਾਮੇ ਵਧੀਆ ਭਾਅ ਜੀ ਹੁਣ ਬੈਠ ਕੇ ਆਨੰਦ ਦੇਖੋ ਇੱਥੇ ਇਹਦਾ ਖੂਹ ਟੱਪਾ ਦੇ ਆਪ ਜਾ ਕੇ ਉਧਰੋਂ ਪਤਾ ਤਾਂ ਲੱਗੇ ਵੀ ਓਵਰਰੋਡਿੰਗ ਤੇ ਆਏ ਆ ਲਿਬਣ ਦਾ ਹੀ ਗੱਡੀਆਂ ਆ ਵੀ ਲਿਬੜ ਗਈ ਆ ਪੂਰੀ ਉਹ ਸਾਫ ਸੁਥਰੀਆਂ ਖੜੀਆਂ ਵਰਤ ਉਤਾਰਤਾ ਹੋਈ ਨੀ ਸਟਾਰਟ ਤੇ ਉਹਨਾਂ ਨੂੰ ਦੋ ਕਰਕੇ ਤਾਂ ਬਾਹਰ ਛੱਡਣ ਚੱਲੇ ਆ ਤੇ ਮੈਂ ਹੁਣ ਆ ਸਾਬੀ ਭਾਜੀ ਵਾਲੀ ਥਾਰ ਦੀ ਟੈਸਟ ਡਰਾਈਵ ਲੱਗਾ ਲੈਣ ਦੇਖੀਏ ਜੀ ਪਰਫਾਰਮੈਂਸ ਕੀ ਕਹਿੰਦੀ ਆ ਕੀ ਕਹਿਣਾ ਚਾਹੋਗੇ ਤੁਸੀਂ ਨਵੀਂ ਜੀ ਬਾਰੇ ਕੀ ਆਪਾਂ ਗੱਲ ਕੀਤੀ ਆ
ਇੱਥੇ ਆਪਣੀ ਜੀਪ ਗਈ ਸੀ ਫਾਸ, ਥੱਲੇ ਪੱਥਰ ਲੱਗ ਗਿਆ ਸੀ ਪਿਛਲੇ ਹਿੱਸੇ ਨੂੰ, ਤੇ ਹੁਣ ਥਾਰ ਮੰਗਾਈ ਆ, ਉਹਨਾਂ ਕੱਢਦੇ ਆ ਪੰਗੇ ਪੁੰਗੇ, ਨਹੀਂ ਨਹੀਂ ਨਿਕਲੀ ਤਾਂ ਟਾਇਰ ਫ੍ਰੀ ਹੋ ਗਿਆ ਸੀਗਾ, ਤੇ ਕੱਢਦੇ ਆ ਹੁਣ ਥਾਰ ਦੇ ਨਾਲ। ਨਹੀਂ ਨਹੀਂ ਬੈਗ ਅੱਗੇ ਹੀ ਹਾਲੇ ਗ੍ਰਿਪ ਨਹੀਂ ਬਣਦਾ ਪਿਆ, ਨਹੀਂ ਗ੍ਰਿਪ ਨਹੀਂ ਬਣਦਾ, ਬਣੀ ਨਹੀਂ ਗੱਲ, ਉਹ ਲੱਗੇ ਆਣ ਬਾਈ ਗੱਲ ਬਣੀ ਨਹੀਂ, ਆਪਾਂ ਥਾਰ ਮੰਗਾਈ ਆ, ਥਾਰ ਲੱਗੀ ਇੱਕ ਮਿੰਟ ਚ ਆਉਣ, ਰੁਕੋ 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 ਰੁਕੋ, ਮਿਲਾ ਦਾ ਉਹਨੇ ਭਾਈ ਨੇ ਮਸਾਲੀ ਲਾ ਦੀ, ਸਾਡੀ ਕੀ ਕਰਨੀ ਕਰਨੀ, ਉਹਨੇ ਆਪਣੇ ਮਸਾਲੀ ਉੱਥੇ ਨਿਊ ਵਾਲੀ ਫਸਦੀ, ਉਹ ਮੈਂ ਤਾਂ ਟਰੈਕਟਰ ਲੈ ਕੇ ਆਇਆ ਕਰਨੀ ਆ, ਹਾਂ ਦੇਖੋ ਆਉਂਦੀ ਗੱਡੀ, ਉਹ ਗੱਡੀ ਆ ਗਈ, ਉਹ ਦੇਖੋ ਗੱਡੀ ਆ ਗਈ, ਕੱਢ ਕੇ ਲਾਉਂਗੇ ਹੁਣ ਭਾਜੀ, ਆ ਬੰਦ ਆ ਆ ਗੱਡੀ ਆ ਗਈ ਯਾਰ, ਕੱਢ ਕੇ ਲਾਉਂਗੇ, ਆ ਇਹ ਸਾਰ ਆਈ ਆ, ਸਾਰ ਆ ਗਈ ਆ ਜੀ, ਸਾਰ ਆ ਗਈ ਆ, ਸਾਰ ਕੱਢੋ ਕੀ ਹੋਣ ਲਈ, ਚੱਕੋ ਰੱਸੀ ਧੱਕਾ ਨਹੀਂ ਲਾਉਣਾ, ਦੋ ਦਿਨ ਬਾਅਦ ਰੱਸਾ ਪਾ, ਆ ਥਾਰ ਵਾਲੇ ਭਾਜੀ ਆਏ ਆ, ਥਾਰ ਰੱਡੀ ਗੱਡੀ ਕੱਢ ਕੇ ਜਾਊਗੇ ਹੁਣ, ਭਾਜੀ ਹੁਣੀ ਵੀ ਉੱਤੇ ਨੂੰ ਚੜਾਈ ਆ ਰਹੇ ਆ ਭਾਜੀ, ਧੱਕਾ ਲੋ, ਚੱਕੋ ਰਸੇ ਰੁਸੇ ਆਪਣੇ ਤਿਆਰ, ਪਰ ਤਿਆਰ ਆ ਭਾਜੀ ਬਣੀ ਜਾਂਦੀ ਵਲੋਗ ਬਣਦਾ, ਆਹੋ ਸਾਡੀ ਗੱਡੀ ਨਿਕਲ ਗਈ ਆ, ਨਿਕਲ ਗਈ ਆ ਭਾਈ, ਉਹਨਾਂ ਨੇ ਕੱਢਤੀ ਸਾਡੀ ਗੱਡੀ, ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ, ਚਲੋ ਹੁਣ ਆਪਾਂ ਤੁਹਾਨੂੰ ਵਿੱਚ ਬਹਿ ਕੇ ਮਿਲਦੇ ਆ, ਚੱਲੇ ਆ ਗੱਡੀ ਆਪਣੀ ਨਿਕਲ ਗਈ ਆ, ਸਾਡੀ ਗੱਡੀ ਨਿਕਲ ਗਈ ਭਾਜੀ, ਭਾਜਾ ਆ ਪੱਥਰ ਫਸਿਆ ਹੈ ਜੀ, ਮੋਹਰੇ ਬਹੁਤ ਗੰਦਾ ਰੂਟ ਹੈ, ਫੋਨ ਤਾਂ ਕਰ ਲਾ ਬਾਬੇ, ਮੇਰੇ ਤੋਂ ਚੱਲਦਾ ਬਹੁਤ ਗੰਦਾ, ਜਾਣ ਦੇ ਜਾਣ ਦੇ, ਆ ਦੇਖੋ ਉੱਤਰ ਕੇ, ਬਹੁਤ ਗੰਦਾ ਭਿਆਨਕ ਰਸਤਾ ਹੈ, ਗੰਦਾ ਬਹੁਤ ਹੈ,
ਬੰਦੇ ਆਪਣੇ ਕਾਫੀ ਟਾਈਮ ਤੋਂ ਖਾਣ ਪੀਣ ਲਈ ਬਣਾਉਣ ਦੀ ਜਗ੍ਹਾ ਲੱਭ ਰਹੀ ਸਾਫ ਸੁਥਰੀ ਤੇ ਆਹ ਪੰਜ ਜਗ੍ਹਾ ਮਿਲ ਗਈ ਪਿੱਛੇ ਹੋਣ ਲੱਗਿਆ ਖਾਣ ਪੀਣ ਦਾ ਪ੍ਰੋਗਰਾਮ ਕਰਨ ਸਾਡਾ ਹੋ ਗਿਆ ਬ੍ਰੇਕ ਟਾਈਮ। ਇੱਧਰ ਆਪਣੇ ਭਰਾ ਕੁਕਿੰਗ ਕਰਨ ਲੱਗੇ ਵਾ ਤੇ ਬਾਕੀ ਸਾਰੇ ਖਾਣ ਪੀਣ ਲੱਗੇ ਆ। ਪਿੱਛੇ ਹੁਣ ਬ੍ਰੇਕ ਟਾਈਮ ਆ ਸਾਡਾ, ਉਸ ਤੋਂ ਬਾਅਦ ਚੱਲ ਜਾਂਦੇ ਆ ਦਿਨ। ਖਾਣ ਪੀਣ ਤੋਂ ਬਾਅਦ ਕਹਿੰਦੇ ਫੋਟੋਆਂ ਖਿੱਚਣੀਆਂ, ਫੋਟੋਆਂ ਖਿੱਚੀਆਂ ਤੇ ਫਿਰ ਇੱਥੋਂ ਵਾਪਸੀ ਘਰ ਨੂੰ ਲੱਗੇ ਆ ਤੁਰਨ। ਪਾਵਰ ਚੈੱਕ ਕਰੋ ਸਾਡੀ ਗੱਡੀ ਦੀ,
ਜੀ ਕੀ ਫੀਲ ਕਰ ਰਹੇ ਆ? ਇੱਦਾਂ ਕਦੀ ਹੋਈ ਨਹੀਂ ਸਾਡੇ ਨਾਲ, ਪਹਿਲੀ ਵਾਰੀ ਹੋਇਆ ਹੈ। ਹੁਣ ਗੱਡੀ ਨੂੰ ਏਦਾਂ ਬੜੇ ਪਿਆਰ ਦੇ ਨਾਲ ਸਾਰੇ ਜਣੇ ਯੋਗਦਾਨ ਪਾ ਰਹੇ ਆ ਸਾਰੇ ਜਣੇ। ਭਾਈ ਤੁਸੀਂ ਕਿਤੇ ਦੇ, ਤੁਸੀਂ ਸਾਡੇ ਉੱਤੇ ਚੜੇ ਹੋ। ਲਾਪਰਵਾਹੀ ਤਾਂ ਸਾਡਾ ਬਾਜ ਬਾਜ